ਮੈਂ ਤਾਂ ਹੈਰਾਨ ਹੁੰਦਾ ਕਈਆਂ ਮੌਲਵੀਆਂ ਦੀ ਗੱਲ ਸੁਣ ਕੇ, ਉਹਨਾਂ ਨੂੰ ਇੱਕ ਲਫ਼ਜ਼ ਨਹੀਂ ਆਉਂਦਾ ਇੱਕ ਸ਼ੇਹੂਪੁਰੇ। ਮੌਲਾਨਾ ਸਾਹਿਬ ਤਕਰੀਰ ਪਿਆ ਕਰਦੇ ਨੇ ਸ਼ੇਹੂਪੁਰੇ, ਜਿਹਨੂੰ ਉੱਤੋਂ ਵੇਖ ਕੇ ਕੁਰਾਨ ਪੜ੍ਹਨਾ ਨਹੀਂ ਆਉਂਦਾ, ਉੱਤੋਂ ਵੇਖ ਕੇ ਕੁਰਾਨ ਪੜ੍ਹਨਾ ਨਹੀਂ ਆਉਂਦਾ। ਅਤੇ ਕਹਿੰਦਾ ਮੌਲਾਨਾ ਮੁਹੰਮਦ ਹੁਸੈਨ ਸਾਹਿਬ ਸ਼ੇਹੂਪੁਰੀ ਸ਼ੇਖੁਲ ਕੁਰਾਨ ਨਹੀਂ ਸਨ। ਬੰਦਾ ਮੌਰ ਮਾਰ ਕੇ ਨਾ ਡਾਂਗਾ ਤੇ ਕੰਨਾਂ ਵਿੱਚੋਂ ਧੂੰ ਕੱਢ ਦੇ, ਆਪਣੀ ਔਕਾਤ ਨਹੀਂ ਵੇਂਦਾ। ਚਵਲ ਜ਼ਮਾਨੇ ਦੇ ਆ, ਕਿੱਥੇ ਚੌਧਰੀ ਕਿੱਥੇ ਚੂੜਾ, ਆਪਣੀ ਔਕਾਤ ਤੇ ਵੇਖ, ਆਪਣੀ ਔਕਾਤ ਤੇ ਵੇਖ। ਔਰ ਤੇਰੇ ਵਰਗੇ ਜਾਹਿਲ ਜ਼ਲੀਲ ਕਮੀਨੇ ਰਿਆਕਾਰ ਦੁਨੀਆਦਾਰ ਔਰ ਦੁਨੀਆ ਇਕੱਠੀ ਕਰਨ ਵਾਲੇ ਤੇਰੇ ਵਰਗੇ ਕਰੋੜਾਂ ਹੋਣ, ਮੌਲਾਨਾ ਮੁਹੰਮਦ ਨਵਾਜ਼ ਚੀਮੇ ਦੇ ਪੈਰਾਂ ਦੀ ਖਾਕ ਨਹੀਂ ਬਣਦੀ। ਤੈਨੂੰ ਪਤਾ ਨਹੀਂ ਚੀਮਾ ਕੁਰਾਨ ਦਾ ਪਹਿਰੇਦਾਰ ਹੈ, ਹਦੀਸ ਦਾ ਪਹਿਰੇਦਾਰ। ਹੋਰ ਕੋਈ ਤਾਬੇਦਾਰ ਨਹੀਂ, ਅੱਬੇ ਦਾ ਨਾਂ ਹੀ ਨਹੀਂ ਲੈਂਦਾ, ਲੱਗਦਾ ਟੀਕੇ ਨਾਲ ਪੈਦਾ ਹੋਇਆ ਅੱਬਾ ਹੈ ਹੀ ਕੋਈ। ਮੈਂ ਬੜਾ ਅੰਮਾ ਦਾ ਤਾਬੇਦਾਰ ਹਾਂ, ਕਿੱਥੋਂ ਲੱਭਾਂਗੇ ਤੈਨੂੰ ਮਾਂ ਦੱਸ। ਡਰਾਮੇਬਾਜ਼ੀਆਂ ਛੱਡ ਦਿਓ। ਜਿਹਨੇ ਇਹੋ ਜਿਹੀ ਗੱਲ ਕੀਤੀ ਨਾ ਸ਼ੇਖੁਲ ਕੁਰਾਨ, ਸ਼ੇਖੁਲ ਕੁਰਾਨ, ਮੌਲਾਨਾ ਮੁਹੰਮਦ ਹੁਸੈਨ ਸ਼ੇਖੁਲ ਕੁਰਾਨ ਨਹੀਂ, ਆਪਣੀ ਔਕਾਤ ਵੇਖ। ਖੁਦਾ ਦੀ ਕਸਮੇ ਉਹ ਸ਼ੇਖੁਲ ਕੁਰਾਨ ਜਿਹਨਾਂ ਦੀ ਤਕਰੀਰ 'ਤੇ ਰੱਬ ਨੇ ਲੱਖਾਂ ਲੋਕਾਂ ਨੂੰ ਐਲੇ ਹਦੀਸ ਕੀਤੀ। ਅੱਲਾਹ ਕੋਲੋਂ ਦੁਆ ਕਰੋ, ਅੱਲਾਹ ਸ਼ੇਖੁਲ ਕੁਰਾਨ ਸਾਹਿਬ ਨੂੰ ਕਰਵਟ ਕਰਵਟ ਜੰਨਤ ਅਤਾ ਫਰਮਾਏ। ਸਾਰੇ ਮਿਲ ਕੇ ਆਮੀਨ ਕਹੋ। ਗੱਲ ਕਰਨ ਲੱਗੇ ਬੰਦਿਆਂ ਨੂੰ ਸੋਚਣਾ ਚਾਹੀਦਾ, ਆਪਣੀ ਔਕਾਤ ਵੇਖਣੀ ਚਾਹੀਦੀ ਹੈ, ਆਪਣੀ ਜ਼ੁਬਾਨ ਨੂੰ ਲਗਾਮ ਦੇ। ਮਗਰ ਨਾ ਤੇਰੇ ਪੁੱਤਰ ਦਿਨ ਮਾੜੇ ਆਏ ਨੇ, ਜਦੋਂ ਗਿੱਦੜ ਦੀ ਮੌਤ ਆਏ ਉਹ ਸ਼ਹਿਰ ਨੂੰ ਆ ਜਾਂਦਾ, ਜਦੋਂ ਸੱਪ ਦੇ ਦਿਨ ਮਾੜੇ ਆਏ ਹੁਣ ਉਹ ਸੜਕ ਤੇ ਪੈਂਦਾ ਏ। ਤੇ ਜਿਹਦੀ ਅੱਲਾਹ ਵੱਲੋਂ ਹਰੀ ਹੋਏ ਉਹ ਸ਼ੋਹਾਦਾਏ ਅਲੀ ਹਦੀਸ ਦੀ ਮੁਖਾਲਫਤ ਕਰ ਪੈਂਦਾ।